पेस बदल के विदेश पहुंचिया दीपक तीनू, फर्जी नाम ते पासपोर्ट ते पचिया दक्षिणी अफ्रीका। तीनू दी गर्लफ्रेंड ने पूछगिछ की ते खुलासे, पेस बदलाउण लई तीनू ने जतिंदर दी कीती सी चोण। सीआईए स्टाफ अंदर ही मिल गया सी कपड़ियां वाला बैग। लुधियाना तो काबू कीते साथियां ने मुहैया करवाया सी बैग। मानसा पुलिस दी गिरफ्त तो फरार होया गैंगस्टर दीपक चिनू, नकली नाम ते पासपोर्ट ते विदेश फरार हो गया। एक खुलासा पुलिस दे वलो गिरफ्तार कीती चिनू दी गर्लफ्रेंड ने पूछगिछ दे विच कीता। उसने भी दस्या कि दीपक चिनू अपना रूप बदल के भज्या ते सीआईए स्टाफ अंदर पहला ही उसनू 6 जोड़ी कपड़े ते टोपियां वाला बैग मिल गया सी, जो उसनू लुधियाना तो फड़े गए राजवीर सिंह, रजिंदर अते कुलदीप सिंह ने दिता सी। एना ही नहीं, टीनू ने जतिंदर दी चोण इस कारण कीती सी क्योंकि उसनू अपना रूप बदलवाना सी अते जतिंदर एक मेकअप आर्टिस्ट सी। पुलिस पूछगिछ दे विच टीनू दी गर्लफ्रेंड ने मन्या कि उन्हां नू मानसा तो रात समय 2 गड्डियां दे विच हथियारबंद 6 तों 7 दे करीब व्यक्ति पहला हरियाणा अते बाद दे विच राजस्थान लै के गए सन। दस दिए कि टीनू गैंगस्टर लॉरेंस दा खासम खास एक कैटेगरी दा साथी है। दसा जा रहा है कि टीनू पुलिस कस्टडी दे विचों भज्जन तों बाद राजस्थान पहुंचया अते उत्थों मुंबई होंदे हुए मॉरिशस पहुंचया, जिथों ओह दक्षिणी अफ्रीका दे लई रवाना हो गया। ਕਿਹਾ ਜਾ ਰਿਹਾ ਹੈ ਕਿ ਫਰਜ਼ੀ ਪਾਸਪੋਰਟ ਦੇ ਜ਼ਰੀਏ ਟੀਨੂ ਦੱਖਣੀ ਅਫਰੀਕਾ ਦੇ ਵਿੱਚ ਦਾਖਲ ਹੋਇਆ। ਇਸ ਤੋਂ ਪਹਿਲਾਂ ਲਾਰੈਂਸ ਦਾ ਭਰਾ ਅਤੇ ਪੰਜਾਬੀ ਫੇਕ ਪਾਸਪੋਰਟ ਦੀ ਮਦਦ ਨਾਲ ਦੁਬਈ ਭੱਜ ਚੁੱਕਿਆ। ਲੁਧਿਆਣਾ ਦੇ ਵਿੱਚ ਟੀਨੂ ਦਾ ਵੱਡਾ ਨੈਟਵਰਕ ਹੈ। ਟੀਨੂ ਲੁਧਿਆਣਾ ਦੇ ਵਿੱਚ ਅਵੈਧ ਵਸੂਲੀ ਅਤੇ ਡਰੱਗਸ ਦਾ ਕਾਰੋਬਾਰ ਵੀ ਕਰਦਾ ਰਿਹਾ। ਟੀਨੂ ਨੂੰ ਭਜਾਉਣ ਵਾਲੇ ਆਰੋਪੀ ਲੁਧਿਆਣਾ ਦੇ ਹੀ 3 ਵਿਅਕਤੀ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਏ ਨੇ। ਉਧਰ ਪੁਲਿਸ ਗ੍ਰਿਫਤ ਦੇ ਵਿੱਚ ਗਰਲਫ੍ਰੈਂਡ ਜਤਿੰਦਰ ਟੀਨੂ ਦੇ ਧੋਖੇ ਦਾ ਰੋਣਾ ਰੋ ਰਹੀ ਹੈ। ਜਤਿੰਦਰ ਮੁਤਾਬਕ ਰਾਜਸਥਾਨ ਤੱਕ 2 ਮਹੀਨੇ ਨਾਲ ਸਨ ਅਤੇ ਉੱਥੋਂ ਵੱਖ ਹੁੰਦੇ ਵੇਲੇ ਟੀਨੂ ਨੇ ਉਸਨੂੰ ਕਿਹਾ ਸੀ ਕਿ ਉਹ ਉਸਨੂੰ ਮੁੰਬਈ ਦੇ ਵਿੱਚ ਮਿਲੇਗਾ, ਪਰ ਉਸਨੇ ਧੋਖਾ ਦਿੱਤਾ। ਟੀਨੂ ਉਸਨੂੰ ਮਿਲਣ ਦੀ ਬਜਾਏ ਸਿੱਧਾ ਮੌਰੀਸ਼ਸ ਦੇ ਰਸਤੇ ਸਾਊਥ ਅਫਰੀਕਾ ਭੱਜ ਗਿਆ ਅਤੇ ਜਤਿੰਦਰ ਨੂੰ ਪੁਲਿਸ ਨੇ ਫੜ ਲਿਆ। ਹੁਣ ਦੀਪਕ ਟੀਨੂ ਦੇ ਦੱਖਣੀ ਅਫਰੀਕਾ ਫਰਾਰ ਹੋਣ ਦੇ ਦਾਅਵੇ ਵਿੱਚ ਕਿੰਨੀ ਸੱਚਾਈ ਹੈ, ਇਹ ਤਾਂ ਜਾਂਚ ਦਾ ਵਿਸ਼ਾ ਹੈ ਹੀ, ਪਰ ਨਾਲ ਹੀ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੀ ਅਗਲੀ ਰਣਨੀਤੀ ਕੀ ਹੋਵੇਗੀ ਉਹ ਵੇਖਣਾ ਬਾਕੀ ਹੋਵੇਗਾ, ਕਿਉਂਕਿ ਨਾ ਸਿਰਫ ਇਹ ਪੰਜਾਬ ਪੁਲਿਸ ਦੇ ਲਈ ਬਲਕਿ ਸਰਕਾਰ ਦੇ ਲਈ ਵੀ ਵਕਾਰ ਦਾ ਸਵਾਲ ਬਣ ਗਿਆ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ, ਤੁਹਾਡੇ ਸ਼ਹਿਰ ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ ਵਟਸਐਪ ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ ਚ ਪਰੇਸ਼ਾਨੀ, ਘਰ ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਨਬੰਦ, ਜਾਦੂ ਟੋਣਾ, ਮਣਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਬਾਬਾ ਯਾਮੀਨ ਬੰਗਾਲੀ, 96435-0321।